ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਜੁੜੇ ਹੋਏ ਬੋਰਡ ਵਿਦਿਆਰਥੀਆਂ ਦੇ ਲਈ ਬੋਰਡ ਨਤੀਜਿਆਂ ਨੂੰ ਲੈ ਕੇ ਕੀ ਆਈ ਵੱਡੀ ਅਪਡੇਟ ਲਗਾਤਾਰ ਹੀ ਵਿਦਿਆਰਥੀਆਂ ਦੇ ਵੱਡੇ ਸਵਾਲ ਜਿਹੜੇ ਨੇ ਆ ਰਹੇ ਨੇ ਕਿ ਜੇਕਰ ਗੱਲ ਕੀਤੀ ਜਾਵੇ ਬੋਰਡ ਨਤੀਜਿਆਂ ਦੀ ਤਾਂ ਕਦੋਂ ਤੱਕ ਆ ਸਕਦੇ ਨੇ ਕਿਉਂਕਿ 5ਵੀਂ ਦੀ ਗੱਲ ਕਰੀਏ ਜਾਂ ਫਿਰ 10ਵੀਂ ਦੀ ਗੱਲ ਕਰੀਏ ਦੋਵੇਂ ਕਲਾਸਾਂ ਦੇ ਜਿਹੜੇ ਇਮਤਿਹਾਨ ਨੇ ਹੋ ਚੁੱਕੇ ਨੇ ਅਤੇ 8ਵੀਂ ਅਤੇ 12ਵੀਂ ਜਮਾਤ ਦੇ ਜਿਹੜੇ ਇਮਤਿਹਾਨ ਨੇ ਉਹ ਕੁਝ ਹੀ ਰਹਿੰਦੇ ਨੇ ਸੋ ਹੁਣ ਕਿਹੜੀ ਵੱਡੀ ਅਪਡੇਟ ਨਿਕਲ ਕੇ ਆਈ ਹੈ ਨਤੀਜਿਆਂ ਨੂੰ ਲੈ ਕੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹੀ ਦੱਸਣ ਦੀ ਕੋਸ਼ਿਸ਼ ਕਰਾਂਗੇ ਅਗਰ ਤੁਸੀਂ ਸਾਡੇ ਚੈਨਲ ਜੀਡੀ ਟੈਕੀ ਦੇ ਨਵੇਂ ਹੋ ਤਾਂ ਆਪਣੇ ਚੈਨਲ ਜੀਡੀ ਟੈਕੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਤੁਹਾਨੂੰ ਸਿੱਧਾ ਹੀ ਨੋਟੀਫਿਕੇਸ਼ਨ ਦੇ ਉੱਤੇ ਲੈ ਕੇ ਜਾਂਦੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਵਿਸ਼ਾ ਮਾਰਚ 2024 ਦੀਆਂ ਸਾਲਾਨਾ ਪ੍ਰੀਖਿਆ ਸੰਬੰਧੀ ਪ੍ਰਯੋਗੀ ਵਿਸ਼ਿਆਂ ਦੇ ਅੰਕ ਆਨਲਾਈਨ ਅਪਲੋਡ ਕਰਨ ਸੰਬੰਧੀ ਜੇਕਰ ਗੱਲ ਕੀਤੀ ਜਾਵੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਤਾਂ ਤੁਸੀਂ ਦੇਖ ਸਕਦੇ ਹੋ ਪ੍ਰੀਖਿਆ ਲਈ ਪ੍ਰਯੋਗੀ ਵਿਸ਼ੇ ਦੇ ਅੰਕ ਆਨਲਾਈਨ ਅਪਲੋਡ ਕਰਨ ਦੇ ਲਈ ਮਿਤੀ 18/3/2024 ਤੋਂ 10/4/2024 ਤੱਕ ਦਾ ਸਮਾਂ ਦਿੱਤਾ ਗਿਆ ਹੈ ਯਾਨੀ ਕਿ 10 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ ਇਸ ਤੋਂ ਬਾਅਦ ਆਨਲਾਈਨ ਡਾਟਾ ਲੋਕ ਕਰ ਦਿੱਤਾ ਜਾਵੇਗਾ ਹਾਲਾਂਕਿ ਇਹ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਹ ਕੀਤੀਆਂ ਗਈਆਂ ਨੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਐਬਸੈਂਟ ਬੱਚੇ ਨੇ ਉਹਨਾਂ ਦੇ ਮਾਰਕਸ ਜਿਹੜੇ ਨੇ ਏ ਪਰਿਜਨ ਅਤੇ ਜੇ ਪ੍ਰੀਖਿਆ ਦੀ ਯੋਗਤਾ ਰੱਦ ਹੈ ਅਤੇ ਉਸ ਲਈ ਸੀ ਲਿਖਿਆ ਜਾਵੇ ਹੁਣੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਕੀਤਾ ਗਿਆ ਸੋ ਅੰਤਿਮ ਮਿਤੀ ਹੈ ਜੀ 10 4 2024 ਯਾਨੀ ਕਿ 10 ਅਪ੍ਰੈਲ 2024 ਸੋ ਇਸ ਤੋਂ ਇਹ ਸਿੱਧਾ ਸਪੱਸ਼ਟ ਹੈ ਕਿ 10 ਅਪ੍ਰੈਲ ਤੱਕ ਤਾਂ ਹਜੇ 10ਵੀਂ ਦੇ ਜਿਹੜੇ ਬੋਰਡ ਨਤੀਜੇ ਨੇ ਉਸਦੇ ਬਾਰੇ ਕੋਈ ਵੀ ਵੱਡਾ ਫੈਸਲਾ ਨਹੀਂ ਆਵੇਗਾ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ 8ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਉਹਨਾਂ ਦੇ ਥਿਊਰੀ ਦੇ ਇਮਤਿਹਾਨ ਜਿਹੜੇ ਨੇ ਹਜੇ ਰਹਿੰਦੇ ਨੇ ਸੋ ਉਸ ਤੋਂ ਬਾਅਦ ਪ੍ਰੈਕਟੀਕਲ ਹੋਣਗੇ। ਪ੍ਰੈਕਟੀਕਲ ਦੀ ਜਿਹੜੀ ਤਰੀਕ ਆਏਗੀ ਸੋ ਉਸ ਤੋਂ ਬਾਅਦ ਹੀ ਨਤੀਜਿਆਂ ਬਾਰੇ ਦੱਸਿਆ ਜਾਵੇਗਾ। ਬਾਕੀ ਰਹੀ ਗੱਲ 25ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੋ ਉਹਨਾਂ ਦੇ ਜਿਹੜੇ ਨਤੀਜੇ ਨੇ ਅਪ੍ਰੈਲ ਮਹੀਨੇ ਦੇ ਦੂਜੇ ਹਫ਼ਤੇ ਦੇ ਵਿੱਚ ਜਾਰੀ ਕੀਤੇ ਜਾ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਜਿਹੜੀ ਹੈ ਨਿਕਲ ਕੇ ਆ ਰਹੀ ਹੈ ਸੋ ਇਹ ਨਤੀਜੇ ਬਾਰੇ ਇੱਕ ਵੱਡੀ ਅਪਡੇਟ ਆ ਰਹੀ ਸੀ ਸੋ ਚਾਹਿਆ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਸੋ ਇਹੋ ਜਿਹੀਆਂ ਖਬਰਾਂ ਵੇਖਣ ਦੇ ਲਈ ਆਪਣੇ ਚੈਨਲ ਜੀਡੀ ਟੈਕੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਇਸ ਵੀਡੀਓ ਵਿੱਚ ਇੰਨਾ ਹੀ ਧੰਨਵਾਦ